हां जी दोस्तों विश्वकर्मा दलबा YouTube चैनल 'ਚ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਗੁਰੂ ਰਾਮਦਾਸ ਐਗਰੋਟੈਕ ਪਟਿਆਲਾ ਨਾਭਾ ਰੋਡ ਪਿੰਡ ਰਖੜਾ ਜੀ ਤੇ ਦੋਸਤੋ ਅੱਜ ਦਿਖਾਵਾਂਗੇ ਜੀ GRD 1534 ਹਾਰਵੈਸਟਰ 'ਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਹਨੇ ਵੀ ਵੀਰ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕਿਉਂਕਿ ਦੋਸਤੋ ਨਮੀ ਆਰਮੇਸ਼ ਨੇ ਜਾਣਕਾਰੀ ਸਭ ਤੋਂ ਪਹਿਲਾਂ ਵਿਸ਼ਕਰਮਾ ਦਲਬਾ YouTube ਚੈਨਲ ਤੇ ਮਿਲਦੀ ਆ ਤੇ ਦੋਸਤੋ ਸ਼ੁਰੂ ਗੱਲ ਕਰਦੇ ਆ ਕਟਰ ਦੀ ਜਿਹੜਾ ਤੁਸੀਂ ਕਟਰ ਦੇਖ ਰਹੇ ਹੋ ਤੇ ਇਹ ਦੋਸਤੋ 14 ਫੀਟ ਕਟਰ ਹੈ। ਤੇ ਇਸ ਵਿੱਚ 11 ਇੰਚ ਜਿਹੜੀ ਟੈਨ ਆਪ ਨੂੰ ਇਸ ਵਿੱਚ ਵਿੱਚ ਮਿਲੂਗੀ ਆਪਾਂ ਹੋਰ ਵਿੱਚ ਕੀ ਦੇਖਦੇ ਆਪਾਂ ਨੂੰ ਬਹੁਤ ਛੋਟੀ ਟੈਨ ਮਿਲਦੀ ਆ 9 ਇੰਚੀ ਮਿਲਦੀ ਆ ਪਰ ਜੀ ਆਰ ਡੀ 1534 ਵਿੱਚ ਟੈਨ ਆ ਉਹ 11 ਇੰਚੀ ਟੈਨ ਹੈ ਤੇ ਇਹਦਾ ਉਗਰ ਦਾ ਸਾਈਜ਼ ਹੈ ਉਹ 16 ਇੰਚੀ ਹੈ ਦੋਸਤੋ ਠੀਕ ਹੈ ਤੇ ਉਗਰ ਦਾ ਸਾਈਜ਼ ਹੈ ਉਹ 16 ਇੰਚੀ ਹੈ ਤੇ ਪੰਜ ਰੀਲ ਪੈਪ ਇਹ ਪਏ ਹੋਏ ਨੇ ਤੇ ਹਰ ਪੱਲੇ ਨੂੰ ਪੂਰਾ ਵਧੀਆ ਕਵਰ ਕੀਤਾ ਗਿਆ ਹੈ ਇਹਦਾ ਦੋਸਤੋ ਇਹ ਬੈਨੀਫਿਟ ਹੁੰਦਾ ਵੀ ਕਿਸੇ ਤਰ੍ਹਾਂ ਜਿਹੜਾ ਬੱਲੀ ਹੈ ਉਹ ਉਰਾ ਪਰਾਣਾ ਹੋਵੇ ਸਾਰਾ ਮਾਲ ਫੀਡਰ ਤੱਕ ਪੂਰਾ ਅੰਦਰ ਤੱਕ ਚਲਾ ਜਾਂਦਾ ਤੇ ਦੋਸਤੋ ਉਸ ਤੋਂ ਬਾਅਦ ਗੱਲ ਕਰਦੇ ਆਂ ਬਾਕੀ ਕਟਰ ਦੀ ਐਡਜਸਟਮੈਂਟ ਦਿੱਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਰੀਲ ਨੂੰ ਅੱਗੇ ਪਿੱਛੇ ਕਰਨਾ ਹੋਵੇ ਤਾਂ ਉਹ ਵੀ ਆਪਾਂ ਕਰ ਸਕਦੇ ਆ ਤੇ ਦੋਸਤੋ ਫੀਡਰ ਦੀ ਗੱਲ ਕਰੀਏ ਤਾਂ ਜਿਹੜਾ ਫੀਡਰ ਵਿੱਚ ਲੱਗਿਆ ਹੋਇਆ ਹੈ ਉਹ 51 ਇੰਚੀ ਫੀਡਰ ਹੈ ਤੇ ਤੇ 51 ਇੰਚੀ ਫੀਡਰ ਹੈ ਤੇ ਦੋਸਤੋ ਫੀਡਰ ਦੇ ਵਿੱਚ ਜਿਹੜੀ ਚਾਦਰ ਪਈ ਹੋਈ ਹੈ ਸਟੇਲਸ ਸਟੀਲ ਦੀ ਚਾਦਰ ਦਾ ਪ੍ਰਯੋਗ ਕੀਤਾ ਗਿਆ ਹੈ ਤੇ ਦੋਸਤੋ ਇਹਦਾ ਬੈਨੀਫਿਟ ਕੀ ਹੁੰਦਾ ਹੈ ਕਿ ਜ਼ਿਆਦਾ ਕਸਾਈ ਫੀਡਰ ਦੀ ਹੁੰਦੀ ਹੈ ਤੇ ਇਹਦੀ ਲਾਈਫ ਹੈ ਜਿਹੜੀ ਚਾਦਰ ਦੀ ਉਹ ਕਾਫੀ ਜ਼ਿਆਦਾ ਰਹਿੰਦੀ ਆ ਤੇ ਉਸ ਤੋਂ ਬਾਅਦ ਪਹਿਲਾਂ ਕੀ ਦੋਸਤੋ ਕੀ ਕੀ ਹੁੰਦਾ ਸੀ ਜਦੋਂ ਕਾਟਰਾਂ ਨੂੰ ਫਿੱਟ ਕਰਨ ਵਾਸਤੇ ਉਹ ਕੀ ਹੁੰਦਾ ਪੈ ਪੈ ਲੱਗਿਆ ਹੁੰਦਾ ਸੀ ਜਿਹੜਾ ਕਾਟਰ ਨੂੰ ਫਿੱਟ ਕਰਨ ਵਾਸਤੇ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਹੁੰਦਾ ਸੀ ਪਰ ਇਸ ਹਾਰਵੈਸਟਰ ਕੈਨ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਬੰਦਾ ਇੱਕ ਬੰਦਾ ਹੀ ਇਹਨੂੰ ਹਰ ਕਾਟਰ ਨੂੰ ਫਿੱਟ ਕਰ ਸਕਦਾ ਆ ਰਾਮ ਨਾਲ ਤੁਸੀਂ ਦੇਖ ਸਕਦੇ ਹੋ ਇਹ ਨਵਾਂ ਮਾਡਲ ਹੈ ਤੇ ਵਾਹ ਜੀ ਵਾ ਬਹੁਤ ਸੋਹਣਾ ਡਿਜ਼ਾਈਨ ਵਿੱਚ ਤਿਆਰ ਕੀਤਾ ਗਿਆ ਕਟਰ ਹੈ ਉਹਨੂੰ ਤੇ ਉਸ ਤੋਂ ਬਾਅਦ ਜੈਕ ਦੀ ਗੱਲ ਕਰੀ ਤਾਂ ਇਹਦੇ ਵਿੱਚ ਆਪ ਨੂੰ 40 ਮਿੰਦੇ ਹੈਵੀ ਡਿਊਟੀ ਜੈਕ ਮਿਲਣਗੇ ਜੀ ਠੀਕ ਹੈ ਤੇ ਤੇ ਦੋਸਤੋ ਬਾਕੀ ਸੀੜੀ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਸੀੜੀ ਤਿਆਰ ਕੀਤੀ ਗਈ ਆ ਕਿਸੇ ਤਰ੍ਹਾਂ ਡਰਾਈਵਰ ਵੀਰ ਦਾ ਜਲਦਬਾਜੀ ਵਿੱਚ ਪੈਰ ਅੱਗੇ ਨਾ ਲੰਗੇ ਤਾਂ ਸੀਟ ਲੱਗੀ ਹੋਈ ਆ ਠੀਕ ਹੈ ਬਹੁਤ ਸੋਹਣੀ ਤਿਆਰ ਕੀਤੀ ਸੀੜੀ ਹੈ ਤੇ ਬਾਕੀ ਟਾਇਰਾਂ ਦੀ ਗੱਲ ਕਰੀ ਤਾਂ ਇਹਦੇ ਵਿੱਚ 18 4 30 ਦੇ ਟਾਇਰ ਪਏ ਹੋਏ ਨੇ ਜੀ ਐਮ ਆਰ ਐਫ ਦੇ ਤੇ ਕਿਸਾਨ ਵੀਰ ਆਪਣੀ ਚੋਆਇਸ ਦੇ ਨਾਲ ਬੀ ਕੇਟੀ ਦੀ ਐਮ ਆਰ ਸੀ ਐਟ ਤੇ ਗੁਡੀਅਰ ਦੇ ਟਾਇਰ ਪਾਉਣਾ ਚਾਹੁੰਦਾ ਹੋਵੇ ਤਾਂ ਉਹ ਵੀ ਪਵਾ ਸਕਦਾ ਹੈ ਉਹ ਚੋਆਇਸ ਹੈ ਜੀ ਆਪਣੀ ਠੀਕ ਹੈ ਜੀ ਤੇ ਦੋਸਤੋ ਉਸ ਤੋਂ ਬਾਅਦ ਗੱਲ ਕਰਦੇ ਆਂ ਇਹਦੀ ਅਸੈਂਬਲੀ ਦੀ ਸਾਰੀ ਦੀ ਤੇ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਕਿੰਦਾ ਲੱ ਤੇ ਵਾਹ ਜੀ ਵਾਹ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸਿਸਟਮ ਪੱਕਾ ਤੇ ਉਸ ਤੋਂ ਬਾਅਦ ਚੇਂਜਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਹਾਈਲੋ ਵਾਲਾ ਚੇਂਜਰ ਲੱਗਾ ਹੈ ਜੀ ਹੈਵੀ ਡਿਊਟੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਚੇਂਜਰ ਨੂੰ ਐਡਜਸਟ ਕਰ ਸਕਦੇ ਜੇ ਬੈਲਟ ਢਿੱਲੀ ਹੁੰਦੀ ਹੈ ਤਾਂ ਉਹਨੂੰ ਆਪਾਂ ਉਰ ਉੱਗੇ ਪਿੱਛੇ ਕਰਕੇ ਟਾਈਟ ਕਰ ਸਕਦੇ ਹਾਂ ਠੀਕ ਹੈ ਜੀ ਤੇ ਜਿੰਨੀ ਵੀ ਚ ਬੈਰਿੰਗ ਅਸੈਂਬਲੀ ਆ ਸਾਰੀ ਠੀਕ ਹੈ ਬੈਰਿੰਗ ਅਸੈਂਬਲੀ ਆ ਉਹ ਸਾਰੀ 7 ਨੰਬਰ ਦੀ ਹੈ ਜੀ ਤੇ ਹਰ ਇੱਕ ਬੈਰਿੰਗ ਨੂੰ ਕੰਪਨੀ ਵੱਲੋਂ ਗ੍ਰੀਸ ਪਾ ਦਿੱਤਾ ਗਿਆ ਹੈ ਜੀ ਠੀਕ ਹੈ ਤੇ ਦੋਸਤੋ ਇੱਕ ਗੱਲ ਹੋਰ ਕਹਿਣਾ ਚਾਹਣਾ ਵੀ ਜਿੰਨੇ ਵੀ ਇੱਥੇ ਸਾਫਟਾ ਪਈ ਹੋਏ ਨੇ ਸਾਰੀਆਂ ਟੇਪਰ ਸਾਫਟਾ ਨਹੀਂ ਸਾਰੀਆਂ ਜਿਨ੍ਹਾਂ ਤੇ ਸਾਫਟਾ ਪਈ ਹੋਏ ਨੇ 베アリング ਦੇ ਹਿਸਾਬ ਨਾਲ ਸਾਰੇ ਟੇਪਰ ਕੀਤੇ ਗਈਆਂ ਨੇ ਠੀਕ ਹੈ ਜੀ ਤੇ ਬਾਕੀ ਹਰ ਇੱਕ ਪਾਈਪ ਤੇ ਤੁਸੀਂ ਦੇਖ ਸਕਦੇ ਹੋ ਗ੍ਰੀਸ ਪਾਈਪ ਜਿਨ੍ਹਾਂ ਤੇ ਸਾਫਟਾ ਤੇ 베アリング ਲੱਗੇ ਹੋਏ ਨੇ ਕੰਪਨੀ ਵੱਲੋਂ ਗ੍ਰੀਸ ਪਾਈਪ ਦਿੱਤਾ ਗਿਆ ਹੈ ਠੀਕ ਹੈ ਵਾਹ ਜੀ ਵਾਹ ਤੇ ਬਹੁਤ ਸੋਹਣਾ ਤਿਆਰ ਕੀਤਾ ਹੈ ਹਾਰਵੈਸਟਕ ਮੈਨ ਹੈ ਬਾਕੀ ਜੇ ਕਿਸਾਨ ਵੀਰ ਨੂੰ ਕੋਈ ਪੱਖੇ ਦਾ ਕੰਮ ਕਰਨਾ ਹੋਵੇ ਤਾਂ ਤਿੰਨ ਬੋਲਟ ਖੋਲ ਕੇ ਸਾਰਾ ਪੱਖਾ ਹੀ ਬਾਹਰ ਨੂੰ ਆ ਜਾਂਦਾ ਤਾਂ ਆਰਾਮ ਨਾਲ ਕੰਮ ਕਰ ਸਕਦਾ ਹੈ ਬਾਕੀ ਜਿੰਨੀਆਂ ਬ ਸਾਰਾ ਬਦੇ ਕਾਹਰੇ ਕੀਤਾ ਗਿਆ ਜੀ 벨ਟ ਨੂੰ ਆਇਟਲ ਦਿੱਤੇ ਗਏ ਨੇ ਕਿਸ ਤਰ੍ਹਾਂ 벨ਟ ਢਲੀ ਹੁੰਦੀ ਆ ਤਾਂ ਆਇਟਲ ਨਾਲ ਆਪਾਂ ਕੱਸ ਸਕਦੇ ਆ ਠੀਕ ਹੈ ਤੇ ਜੇ ਪੱਖੇ ਦੇ ਚੱਕਰ ਅਡਜਸਟਮੈਂਟ ਕਰਨੇ ਹੋਣ ਘਟਵਾਦ ਕਰਨੇ ਹੋਣ ਤਾਂ ਆਪਾਂ ਉਹ ਵੀ ਕਰ ਸਕਦੇ ਆ ਤੇ ਦੋਸਤੋ ਉਸ ਤੋਂ ਬਾਅਦ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਰਾਵੜਾਂ ਦੀ ਗੱਲ ਕਰੀ ਤਾਂ ਵੱਡੀਆਂ ਰਾਵੜਾਂ ਪਈ ਹੋਈਆਂ ਨੇ ਸਾਰੀਆਂ ਤੇ ਬੜੀ ਆਰਮ ਪਈ ਹੋਈ ਆ ਮੋਟੀ ਜੋ ਤੁਸੀਂ ਦੇਖ ਸਕਦੇ ਹੋ ਇਹ ਤਾਂ ਕਈ ਵਾਰ ਆਰਮ ਟੁੱਟਣ ਦੀ ਦਿੱਕਤ ਤਾਂ ਕਾਫੀ ਜ਼ਿਆਦਾ ਰਹਿੰਦੀ ਹੈ ਜੋ ਹਲਕੀ ਹੁੰਦੀ ਹੈ ਪਰ ਇਹਨਾਂ ਵੱਲੋਂ ਜੀਆਰਡੀ 1534 ਵੱਲੋਂ ਬਹੁਤ ਹੈਵੀ ਡਿਊਟੀ ਆਰਮ ਲਾਈ ਗਈ ਆ ਤੇ ਇਹਦੀ ਲਾਈਫ ਵੀ ਦੋਸਤੋ ਕਾਫੀ ਜ਼ਿਆਦਾ ਰਹਿੰਦੀ ਆ ਤੇ ਜੇ ਕਿਸੇ ਕਿਸਾਨ ਵੀਰ ਨੇ ਆਪਣੇ ਉੱਪਰ ਚੜਕੇ ਆਪਣੇ ਇੰਜਨ ਵਗੈਰਾ ਦਾ ਕੰਮ ਕਰਨਾ ਹੋਵੇ ਤਾਂ ਉਹ ਵੀ ਆਪਣਾ ਪੈਰ ਰੱਖ ਕੇ ਆਰਾਮ ਨਾਲ ਤੁਸੀਂ ਦੇਖ ਸਕਦੇ ਹੋ ਉੱਤੇ ਕੰਮ ਕਰ ਸਕਦਾ ਹੈ ਠੀਕ ਹੈ ਜੀ ਤੇ ਕਿਸੇ ਤਰ੍ਹਾਂ ਬੈਟਰੀ ਚੋਰੀ ਨਾ ਹੋਵੇ ਚੋਰੀ ਹੋਣ ਦੀ ਦਿੱਕਤ ਤੋਂ ਬਚਾਉਣ ਲਈ ਕੰਪਨੀ ਨੇ ਪੂਰਾ ਵਧੀਆ ਕਵਰ ਕੀਤਾ ਗਿਆ ਬੈਟਰੀ ਬਾਕਸ ਨੂੰ ਡਬਲ ਬੈਟਰੀ ਬਾਕਸ ਮਿਲ ਜਾਂਦਾ ਜੀ ਆਪਾਂ ਨੂੰ ਉਹਨੂੰ ਤੇ ਕਿਸਾਨ ਵੀਰਾਂ ਵਾਸਤੇ ਟੂਲ ਬਾਕਸ ਮਿਲ ਜਾਂਦਾ ਜੀ ਸਮਾਨ ਵਗਰਾ ਰੱਖਣ ਵਾਸਤੇ ਤੇ ਉੱਪਰ ਵੀ ਸਮਾਨ ਵਗਰਾ ਉਹ ਰੱਖ ਸਕਦਾ ਹੈ ਤੇ ਵਾਹ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਲਾਈਟਾਂ ਨੇ ਤੁਸੀਂ ਦੇਖ ਸਕਦੇ ਹੋ 3D ਲਾਈਟਾਂ ਲੱਗੀਆਂ ਨੇ ਇਹਦੇ ਵਿੱਚ ਆ ਨਿਊ ਟੈਕਨੋਲੋਜੀ ਲਾਈਟਾਂ ਲੱਗੀਆਂ ਨੇ ਵਧੀਆ ਇਹਦੀ ਲਾਈਫ ਵੀ ਹੈਣੀ ਲਾਈਟ ਦੀ ਉਹ ਵੀ ਵਧੀਆ ਰਹਿੰਦੀ ਹੈ ਕਿਉਂਕਿ ਕਈ ਵਾਰ ਆਪਣੇ ਲਾਈਟਾਂ ਹੋਰ ਦੇਖਦੇ ਆ ਉਹ ਬੈਟਰੀ ਬਹੁਤ ਖਾਂਦੀਆਂ ਹੁੰਦੀਆਂ ਪਰ ਇਹਦੀ ਇਹ LED ਲਾਈਟਾਂ ਨੇ ਇਹਦੀ ਗਰੰਟੀ ਵੀ ਕੱਟ ਖਾਂਦੀ ਤੇ ਜੇ ਰੌਸ਼ੀ ਵੀ ਜ਼ਿਆਦਾ ਹੁੰਦੀ ਇਸ ਚੀਜ਼ ਦੀ ਤੇ ਬਾਕੀ ਕਵਰ ਕੀਤਾ ਗਿਆ ਕਿਸੇ ਤਰ੍ਹਾਂ ਲਾਈਟ ਟੁੱਟੇ ਨਾ ਠੀਕ ਆ ਪੂਰਾ ਵਧੀਆ ਹੈਵੀ ਡਿਊਟੀ ਤਿਆਰ ਕੀਤਾ ਗਿਆ ਕਵਰ ਲਾਇਆ ਗਿਆ ਲਾਈਟ ਦਾ ਤੇ ਮੈਂ ਤੁਹਾਨੂੰ ਪਿੱਛੋਂ ਦਿਖਾਉਣਾ ਚਾਹੁੰਦਾ ਕਿੱਦਾਂ ਲੱਗ ਰਹੀ ਆ ਤੁਸੀਂ ਪਿੱਛੋਂ ਦੇਖ ਸਕਦੇ ਹੋ ਇਹ ਹੈਗੇ ਦੋਸਤੋ ਜੀ ਆਰ ਡੀ 1534 ਹਾਰਵੈਸਟਰ ਮੈਨ ਤੇ ਪਿੱਛੋਂ ਦੇਖ ਸਕਦੇ ਬਹੁਤ ਸੋਹਣੀ ਡਿਜ਼ਾਈਨ ਵਿੱਚ ਤਿਆਰ ਕੀਤੀ ਆ ਠੀਕ ਹੈ ਤੇਲ ਬੈਕ ਸਾਈਡ ਵੀ ਲਾਈਟ ਲੱਗੀ ਹੋਈ ਆ ਤੇ ਵਾਹ ਜੀ ਵਾਹ ਤੇ ਦੋਸਤੋ ਵਿੱਚੋਂ ਦਿਖਾਉਣਾ ਕਿੱਦਾਂ ਲੱਗ ਰਹੀ ਆ ਤੇ ਮੈਂ ਵਿੱਚੋਂ ਉਸ ਗੱਲ ਕਰਨਾ ਚਾਹੁੰਦਾ ਉਸ ਤੋਂ ਬਾਅਦ ਉਸ ਤੋਂ ਗੱਲ ਕਰਦੇ ਆਂ ਸੀਫਾਂ ਦੀ ਇਹਦੇ ਜੀ ਸੀਫਾਂ ਲੱਗੀ ਹੋਈਆਂ ਨੇ ਅ ਅੱਗੇ ਆਪਣੀ ਸੀ ਮਿਲਦੀ ਆਂ ਦੋਸਤੋ 60 ਇੰਚੀ ਤੇ ਬੈਕ ਸਾਈਡ ਆਪਣੀ ਸੀ ਮਿਲਦੀ ਆ ਉਹ 30 ਇੰਚੀ ਸੀ ਮਿਲਦੀ ਆ ਤੇ 5 ਸਟਾਰ ਵਕਰ ਵਾਲੀ ਹਰਵੈਸਟਕ ਮੈਨ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਵਧੀਆ ਕ੍ਰੈਂਕ ਕੇਮ ਸਾਵਟਾ ਪਈ ਹੋਈ ਨੇ ਹੈਵੀ ਡੋਟੀ ਠੀਕ ਹੈ 7 ਨੰਬਰ ਦੀ ਅਸੈਂਬਲੀ ਆ ਪੂਰੀ ਬਾਡੀ ਨੂੰ ਪੂਛ ਨੂੰ ਪੂਰਾ ਵਧੀਆ ਕਵਰ ਕੀਤਾ ਗਿਆ ਐਂਗਲ ਦੇ ਨਾਲ ਠੀਕ ਹੈ ਕਿਸੇ ਤਰ੍ਹਾਂ ਹੱਲੇ ਨਾ ਵਾਈਬ੍ਰੇਟ ਨਾ ਕਰੇ ਤੇ ਅੱਜ ਦੋਸਤੋ ਪਿੱਛੇ ਦਿਖਾਉਣੇ ਕਿਤਾ ਲੱਗ ਰਹੀ ਆ ਤੇ ਉਸ ਤੋਂ ਬਾਅਦ ਦੋਸਤ ਮੈਂ ਹਿੱਸਾ ਦਿਖਾਉਣਾ ਚ ਠੀਕ ਹੈ ਪੰਜਵੇਂ ਦੀ ਸੀਟ ਤੇ ਤਿਆਰ ਕੀਤਾ ਹਿੱਸਾ ਜੀ ਇਹ ਤੇ ਕੰਪਨੀ ਵੱਲੋਂ ਦੋਹੇ ਪਾਸੇ ਦੋਸਤੋ ਮੋਰਨੇ ਲਾਏ ਗਏ ਨੇ ਹੈਵੀ ਡੋਟੀ ਕਿਸੇ ਤਰ੍ਹਾਂ ਹਿੱਸਾ ਟੁੱਟਣ ਦੀ ਦਿੱਕਤ ਆ ਬਿਲਕੁਲ ਨਹੀਂ ਆਊਗੀ ਜੀ ਮੋਰਨੇ ਲੱਗੇ ਹੋਏ ਨੇ ਬਾਕੀ ਹੈਵੀ ਡੋਟੀ ਟਾਇਰ ਰਾਡ ਲਾਇਆ ਗਿਆ ਉੱਪਰ ਜਿਹੜਾ ਟਾਇਰ ਰਾਡ ਵੀ ਦੋਸਤੋ ਉਹ ਵੀ ਕਾਫੀ ਜਿਆਦਾ ਉੱਪਰ ਲਾਇਆ ਗਿਆ ਇਹਦਾ ਇਹਦਾ ਬੈਲਵਟਿਵ ਹੈ ਵੀ ਇਹ ਹੈ ਵੀ ਕਿਸੇ ਤਰ੍ਹਾਂ ਬੱਟ ਦੇ ਨਾਲ ਲਾ ਕੇ ਟਾਇਰ ਰਾਡ 빙ਗਾ ਹੋਣ ਦੀ ਜਾਂ ਟੁੱਟਣ ਦੀ ਦਿੱਕਤ ਉਹ ਬਿਲਕੁਲ ਨਹੀਂ ਆਊਗੀ ਜੀ ਠੀਕ ਹੈ ਉਸ ਤੋਂ ਬਾਅਦ ਡੀਜ਼ਲ ਟੈਂਕ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ 400 ਲੀਟਰ ਡੀਜ਼ਲ ਆਪਾਂ ਪਾ ਸਕਦੇ ਤੇ ਬਾਕੀ ਉੱਪਰ ਚੜਨ ਵਾਸਤੇ ਬਹੁਤ ਸੋਹਣੀ ਸੀੜੀ ਲਾਈ ਗਈ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਉੱਪਰ ਚੜਨ ਹੋਵੇ ਤਾਂ ਸੀੜੀ ਲਾਈ ਗਈ ਆ ਠੀਕ ਹੈ ਤੇ ਜਦੋਂ ਆਪਾਂ ਕਮੈਂਡ ਬੈਕ ਕਰਦੇ ਹੂਟਰ ਸਿਸਟਮ ਲੱ ਦਿੱਤਾ ਹੋਇਆ ਸਾਰਾ ਹਰ ਇੱਕ 베ARING ਨੂੰ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਬਰੀ ਗ੍ਰੀਸ ਪਾਵਤਾ ਹਰ ਇੱਕ 베ARING ਨੂੰ ਦਿੱਤਾ ਹੈ ਸਾਰੀਆਂ ਟੇਪਰ ਸਾਊਟਾਂ ਇਸ ਵਿੱਚ ਚਲਾਈਆਂ ਗਈਆਂ ਨੇ ਜੀ ਠੀਕ ਹੈ ਤੇ ਬਾਕੀ ਸੋਨਾਂ ਖੋਲ ਕੇ ਦਿਖਾਣਾ ਕਿੰਦਾ ਲੱਗ ਰਹੀ ਆ ਤੇ ਵਾਹ ਜੀ ਵਾਹ ਤੇ ਦੋਸਤੋ 엘ਿਵੇਟਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ 엘ਿਵੇਟਰ ਦੀ ਚਾਦਰ ਲੱਗੀ ਹੈ ਨੀਚੇ ਸਟੀਲ ਹੀ ਜ਼ਿਆਦਾ ਪ੍ਰਯੋਗ ਕੀਤਾ ਗਿਆ ਹੈ ਜੀ ਠੀਕ ਹੈ ਸਟੀਲ ਜ਼ਿਆਦਾ ਪ੍ਰਯੋਗ ਕੀਤਾ ਗਿਆ ਤੇ 엘ਿਵੇਟਰਾਂ ਤੇ ਵੀ ਆਪਾਂ ਨੂੰ ਜਿਹੜੇ ਬੈਰਿੰਗ ਲੱਗੇ ਹੋਏ ਨੇ ਉਹਨਾਂ ਤੇ ਵੀ ਗ੍ਰੀਸ ਪਾਪ ਦਿੱਤਾ ਗਿਆ ਕਿਸੇ ਤਰ੍ਹਾਂ 엘ਿਵੇਟਰ ਚੋਕ ਨਾ ਹੋਵੇ ਤਾਂ ਇਹਨੂੰ ਖੋਲ ਕੇ ਆਪਾਂ ਚੋਕ ਨੂੰ ਹਟਾ ਸਕਦੇ ਹਾਂ ਠੀਕ ਹੈ ਤੇ ਬਾਕੀ ਕਿਸਾਨ ਵੀ ਨੂੰ 에어 ਟੈਕ ਮਿਲ ਜਾਂਦਾ ਦੋਸਤੋ ਕਿਸੇ ਤਰ੍ਹਾਂ ਆਪਣਾ ਮਸ਼ੀਨ ਨੂੰ ਸਾਫ ਸੁਥਰੀ ਸਾਫ਼ ਰੱਖਣਾ ਹੋਵੇ ਜਾਂ ਟਾਇਰਾਂ 'ਚ ਹਵਾ ਭਰਨੀ ਹੋਵੇ ਤਾਂ ਚੱਲਦੀ ਸੀਜ਼ਨ 'ਚ ਆਪਾਂ ਇਹ ਤੋਂ ਕੰਮ ਲੈ ਸਕਦੇ ਹਾਂ ਤੇ ਇੱਕ ਬਹੁਤ ਵਧੀਆ 에어 ਟੈਂਕ ਲੈ ਇਸ ਸਾਰੀ ਬਾਡੀ ਆ ਜਿਹੜੀ ਹੈਵੀ ਡਿਊਟੀ ਬਾਡੀ ਆ ਸਾਰੀ ਠੀਕ ਹੈ ਜੀ ਤੇ ਦੋਵੇਂ ਪਾਸੇ ਆਰਮਾਂ ਜਿਹੜੀ ਹੈਵੀ ਡਿਊਟੀ ਆਰਮਾਂ ਲਾਈ ਗਈਆਂ ਨੇ ਤੇ ਬਾਕੀ ਪੱਖਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪੱਖਾ ਲਾਇਆ ਗਿਆ ਇਹਦੇ ਵਿੱਚ ਜੀ ਠੀਕ ਹੈ ਬਾਕੀ ਜਿਹੜੇ ਪੂੜੀਆਂ ਨੇ ਲੱਗੀਆਂ ਹੋਈਆਂ ਨੇ ਸਾਰੀਆਂ ਪੂੜੀਆਂ ਕੰਪਨੀ ਖੁਦ ਤਿਆਰ ਕਰਵਾਉਂਦੀ ਹੈ ਜੀ ਸਪੈਸ਼ਲੀ ਤਿਆਰ ਕਰਵਾਉਂਦੀ ਹੈ ਵੀ ਕਿਸੇ ਤਰ੍ਹਾਂ ਪੂਲੀ ਟੁੱਟਣ ਦੀ ਦਿੱਕਤ ਆ ਜਿਹੜੀ ਉਹ ਬਿਲਕੁਲ ਨਹੀਂ ਆਊਗੀ ਤੇ ਜਿੰਨੇ ਵੀ ਪੂੜੀਆਂ ਬੈਲਟਾਂ ਲੱਗੇ ਹੋਏ ਨੇ ਸਾਰੇ ਬੈਲਟਾਂ ਤੇ ਐਟਲ ਲਾਏ ਗਏ ਨੇ ਜੀ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਿੰਨੀ ਵੀ 베어ਿੰਗ ਅਸੈਂਬਲੀ ਕਿਵੇਂ ਕੰਮ ਕਰਦੀ ਆ ਉਹਦੇ ਲਈ ਅੰਦਰ ਲਾਈਟ ਲਾਈ ਦਿੱਤੀ ਗਈ ਆ ਤੁਸੀਂ ਦੇਖ ਸਕਦੇ ਹੋ ਲਾਈਟ ਦਿੱਤੀ ਗਈ ਆ ਕਿ ਕਿੱਦਾਂ ਕੰਮ ਕਰ ਰਹੀ ਆ ਠੀਕ ਹੈ ਕਿਸਾਨ ਵੀਰ ਨੂੰ ਧੂੜ ਮਿੱਟੀ ਤੋਂ ਬਚਾਉਣ ਵਾਸਤੇ ਅੱਗੇ ਬਲੂਰ ਮਿਲ ਜਾਂਦਾ ਜੀ ਤੁਸੀਂ ਦੇਖ ਸਕਦੇ ਹੋ ਇਹ ਬਲੂਰ ਕਈ ਵਾਰ ਧੂੜ ਮਿੱਟੀ ਤੋਂ ਬਚਾਉਣ ਵਾਸਤੇ ਬਲੂਰ ਮਿਲ ਜਾਂਦਾ ਠੀਕ ਹੈ ਤੇ ਦੋਸਤੋ ਗੇਰਾਂ ਦੀ ਗੱਲ ਕਰੀ ਤਾਂ ਇਹਦੇ ਵਿੱਚ ਆਪਾਂ ਨੂੰ ਤਿੰਨ ਪਲਾਸਟਿਕ ਚਾਰ ਗੇਰ ਵਾਲੇ ਪੇਸ਼ੀ ਮਿਲਦੀ ਹੈ ਜੀ ਬੀਐਸਸੀ ਦਾ ਵਧੀਆ ਗੇਰ ਪਿਆ ਹੈਵੀ ਡੋਟੀ ਠੀਕ ਆ ਤੇ ਉਸ ਤੋਂ ਬਾਅਦ ਤੇ ਆਪਾਂ ਨੂੰ ਅੰਦਰ ਸਿਸਟਮੇ ਦੀ ਗੱਲ ਕਰੀ ਤਾਂ ਪ੍ਰੈਸ਼ਰ ਹਾਰਨ ਦਿੱਤੇ ਹੋਏ ਨੇ ਜੀ ਠੀਕ ਹੈ ਦੋ ਹਾਰਨ ਨੀਚੇ ਮਿਲ ਜਾਂਦੇ ਨੇ ਤੇ ਉੱਪਰ ਮਿਲ ਜਾਂਦੇ ਨੇ ਜੀ ਠੀਕ ਹੈ ਹਾਰਨ ਤੇ ਇਹਦੇ ਵਿੱਚ ਆਪਾਂ ਨੂੰ ਮਾਸਟਰ ਸਿਲੰਡਰ ਜਿਹੜਾ ਉੱਪਰ ਲੱਗੇ ਹੋਏ ਨੇ ਠੀਕ ਹੈ ਡਿਸਕ ਬ੍ਰੇਕ ਲੱਗੇ ਹੋਏ ਨੇ ਪੂਰੇ ਹੈਵੀ ਡਿਊਟੀ ਕਿਸੇ ਤਰ੍ਹਾਂ ਫੀਡਰ ਚੋਕ ਨਾ ਹੋਵੇ ਤਾਂ ਆਪਾਂ ਉਹ ਵੀ ਹਟਾ ਸਕਦੇ ਉੱਪਰ ਕੰਪਨੀ ਵੱਲੋਂ ਟਾ ਕੇ ਲਾਈ ਗਈ ਆ ਠੀਕ ਹੈ ਚੋਕ ਦੀ ਸਮੱਸਿਆ ਹਟਾਉਣ ਵਾਸਤੇ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਗਿਆ ਜੀ ਆਰ ਡੀ 1534 ਹਾਰਵੈਸਟਰ ਕੈਨ ਤੇ ਦੋਸਤੋ ਇਹ ਇੱਕ ਕਵਨ ਲੈਂ ਲਈ ਆਪਣੀ ਕਿਸਾਨ ਵੀ ਪਹੁੰਚੇ ਹੋਏ ਨੇ ਆ ਹਾਂਜੀ ਦੋਸਤੋ ਤੇ ਆਪਣਾ ਉਹ ਕਿਸਾਨ ਵੀ ਰਹੇ ਹੋਏ ਨੇ ਜਿਨ੍ਹਾਂ ਨੇ ਜੀਆਰਡੀ 1534 ਹਵਸ਼ਕਮੈਨ ਲਈ ਹੈ ਉਹਨਾਂ ਨਾਲ ਗੱਲ ਕਰਾਉਣੇ ਆ। ਅਸੀਂ ਗੱਲ ਸਰ ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ ਜੀ? ਹਰਦੀਪ ਸਿੰਘ। ਕਿਹੜਾ ਪਿੰਡ ਆ ਜੀ? ਪਿੰਡ ਦੌਲਤਪੁਰ। ਤੇ ਸਰ ਦੇਵੋਗੇ ਜੀਆਰਡੀ 1534 ਹਵਸ਼ਕਮੈਨ ਕਮੈਨ ਬਾਰੇ ਜਾਣਕਾਰੀ ਜੀ। ਇਹ ਤੁਹਾਡੀ ਪਹਿਲੀ ਕਮੈਨ ਹੈ ਜਾਂ ਪਹਿਲਾਂ ਵੀ ਲਏ ਹੋਏ? ਇਹ ਪਹਿਲਾਂ ਵੀ ਲੱਤੀ ਆ ਵੇਹੇ ਤੁਹਾਡੀ ਦੂਜੀ ਕਮੈਨ ਹੈ। ਇਹਨੂੰ ਲੱਗ ਦੂਜੀਆਂ ਕਮੈਨਾਂ ਹੋਰ ਵੀ ਰੱਖੀਆਂ ਨੇ ਇਹਨੇ। ਠੀਕ ਹੈ ਜੀ। ਕਿਵੇਂ ਲੱਗੀ ਸਰ ਤੁਹਾਨੂੰ ਉਹਨਾਂ ਨਾਲ ਉਹਨਾਂ ਨੂੰ ਬਹੁਤ ਵੈਸਟ ਲੱਗੀ ਇਹ। ਫਾਈਵ ਠੀਕ ਹੈ ਜੀ ਕਿਹੜੀ ਕਿਸਮ ਦੀ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈ ਤਾਂ ਕਰਕੇ ਅਸੀਂ ਦੂਜੀ ਮਸ਼ੀਨ ਲੈ ਰਹੇ ਹਾਂ ਵਾਹ ਜੀ ਵਾਹ ਸਰ ਤੇ ਕਿਸਾਨ ਵੀਰਾਂ ਨੂੰ ਕੋਈ ਮੈਸ ਕੀ ਮੈਸ ਲੈਣਾ ਚਾਹੋਗੇ ਤੁਸੀਂ ਜੀ ਅੱਜ ਤਾਂ ਕਹਿੰਦਾ ਵੀ ਬਹੁਤ ਵਧੀਆ ਮਸ਼ੀਨਾਂ ਆਈ ਨੇ ਹੋਰ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਹੋਰ ਕਿੰਨਾ ਵਰਤਿਆ ਨੇ ਹਾਂਜੀ ਸਾਨੂੰ ਤਾਂ ਜਿਹੜਾ ਜਿਹਾ ਕਦੇ ਨਜ਼ਾਰਾ ਹੀ ਨਹੀਂ ਆ ਜਿੰਨਾ ਮਸ਼ੀਨ ਨੇ ਦਿੱਤਾ ਹੈ ਠੀਕ ਹੈ ਸਰ ਤਾਂ ਕਰਕੇ ਦੂਜੀ ਮਸ਼ੀਨ ਲੈ ਰਿਹਾ ਵਾਹ ਜੀ ਵਾਹ ਲਓ ਜੀ ਦੋਸਤੋ ਇਹ ਹਨ ਕਿਸਾਨ ਵੀਰ ਜਿਨ੍ਹਾਂ ਨੇ ਆਪਾਂ ਨੂੰ ਜੀਆਰਡੀ 1534 ਹਾਰਵੈਸਟਰ ਕਮੈਨ ਬਾਰੇ ਜਾਣ ਕਰਤੀ ਜਿਨ੍ਹਾਂ ਨੇ ਪਹਿਲਾਂ ਵੀ ਹਾਰਵੈਸਟਰ ਕਮੈਨ ਲਈ ਹੋਈ ਹੈ ਤੇ ਇਸ ਵਾਰ ਵੀ ਲਈ ਹੈ ਤੇ ਦੋਸਤੋ ਜੇ ਤੁਸੀਂ ਵੀ ਜੀਆਰਡੀ 1534 ਹਾਰਵੈਸਟਰ ਕਮੈਨ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੰਟੈਕਟ ਨੰਬਰ ਨੇ ਜੋ ਤੁਹਾਨੂੰ ਉਹ ਵੀਡੀਓ ਦੇ ਨੀਚੇ ਮਿਲ ਜਾਣਗੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਕਮੈਨ ਲੈ ਸਕਦੇ ਹੋ ਤੇ ਕਿਸਾਨ ਵੀਰੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਤੇ ਨਵੀਂ ਆਰੀ ਮਸ਼ੀਨਾਂ ਜਾਣ ਕਰਨ ਲਈ ਵਿਸ਼ਕਰਮਾ ਦਲਬਾ YouTube ਚੈਨਲ ਨੂੰ ਯੂਰ ਸਬਸਕ੍ਰਾਈਬ ਕਰਨਾ